हां जी दोस्तों नौकरी दी जानकारी दी ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨੀਚੇ ਸਬਸਕ੍ਰਾਈਬਰ ਤੇ ਜਾ ਕੇ ਜਿਸ ਦੇ ਵਿੱਚ ਅਸੀਂ ਤੁਹਾਡੇ ਲਈ ਡੇਲੀ ਕੀ ਹੈ ਨੌਕਰੀ ਦੀ ਜਾਣਕਾਰੀ ਲੈ ਕੇ ਆਉਂਦੇ ਹਾਂ ਜੀ ਉਹ ਪ੍ਰਾਈਵੇਟ ਆ ਚਾਹੇ ਸਰਕਾਰੀ ਆ ਤਾਂ ਇਸ ਤਰ੍ਹਾਂ ਜੋ ਹੁਣ ਦੇ ਉੱਪਰ ਤੋਂੜੀ ਲੈ ਕੇ ਆਦਰਾਂ ਨੌਕਰੀ ਤਾਂ ਦੋਸਤੋ ਇਹ ਰੋਜ਼ਗਾਰ ਇੱਕ ਮੇਲਾ ਦਾ ਜੋ ਮਿਤੀ ਕੀ ਹੈ 5 2 2021 ਨੂੰ ਯਾਨੀ ਕਿ ਕੱਲ ਨੂੰ ਨੂੰ ਹੋਣਾਗਾ ਇਹ ਜੋ ਜਦੋਂ ਸਿੱਧੀ ਭਰਤੀ ਆ ਸਿੱਧੀ ਭਰਤੀ ਤੁਹਾਡੀ ਇੰਟਰਵਿਊ ਹੋਣੀ ਆ ਕੋਈ ਇਹ ਪਰ ਨਹੀਂ ਸਿੱਧੀ ਡਾਇਰੈਕਟ ਇੰਟਰਵਿਊ ਤੇ ਤੁਹਾਡੀ ਜਿਹੜੀ ਭਰਤੀ ਆ ਜਿਸ ਦੇ ਵਿੱਚ ਤੁਹਾਡੀ ਤਨਖਾਹ ਆ ਗਈ 14000 ਦੇ ਕਰੀਬ ਤੁਹਾਨੂੰ ਮਿਲਣੀ ਹੈ ਇਸ ਤੋਂ ਬਾਅਦ ਵੀ ਸੁਣ ਮਿਲ ਸਕਦੀ ਹੈ ਤਾਂ ਇਹ ਰੋਜ਼ਗਾਰ ਮੇਲਾ ਕਿੱਥੇ ਰੱਖਣਾ ਜੀ ਕੀ ਕੀ ਚਾਹੀਦਾ ਤੇ ਵਿੱਚ ਪੂਰਾ ਡਿਟੇਲ ਦੱਸਾਂਗਾ ਉਸ ਤੱਕ ਉਸ ਦੇ ਲਈ ਵੀਡੀਓ ਨੂੰ ਅਖੀਰ ਤੱਕ ਦੇਖੋ ਠੀਕ ਹੈ ਦੋਸਤੋ ਤਾਂ ਬੇਨਤੀ ਕਰਦਾ ਕਿ ਫਸਟ ਟਾਈਮ ਚੈਨਲ ਤੇ ਅਗਲੀ ਚੈਨਲ ਨੂੰ ਨੀਚੇ ਸਬਸਕ੍ਰਾਈਬ ਕਰ ਲੋ ਲਾਈਕ ਸ਼ੇਅਰ ਬਤੋ-ਬਤ ਕਰ ਦਿਓ ਤਾਂ ਕਿ ਹੋਰਾਂ ਦਾ ਵੀ ਮੈਸਜ ਚੱਲੇ ਜਾਵੇ ਤਾਂ ਦੋਸਤੋ ਤੁਸੀਂ ਕਿ ਸੋਚੋਗੇ ਵੀ ਮੈਸੇਜ ਇਹ ਅੱਜ ਯਾਨੀ ਕਿ ਕੱਲ ਦੀ ਡੇਟ ਦਾ ਮੈਸੇਜ ਆਪਾਂ ਨੂੰ ਅੱਜ ਸ਼ੋਅ ਹੋ ਰਿਹਾ ਤਾਂ ਤੁਹਾਨੂੰ ਦੱਸ ਦਿਆਂਗਾ ਦੋਸਤੋ ਇਹ ਮੈਸੇਜ ਹੀ ਮੇਰੇ ਕੋਲ ਯਾਨੀ ਕਿ ਅੱਜ ਆਇਆ ਸੀ ਸ਼ਾਮ ਨੂੰ ਕਰਕੇ ਉਸ ਉਸ ਤੋਂ ਬਾਅਦ ਹੀ ਮੈਂ ਦੀ ਵੀਡੀਓ ਅਪਲੋਡ ਕਰ ਰਿਹਾਗਾ ਯਾਨੀ ਕਿ ਇੱਕ ਦਿਨ ਹੀ ਪਹਿਲਾਂ ਹੀ ਅਪਲੋਡ ਹੁੰਦੀ ਹੈ ਜੀ ਠੀਕ ਆ ਤਾਂ ਤੁਸੀਂ ਬਹੁਤ ਤੋਂ ਬਦ ਇਹਨੂੰ ਸ਼ੇਅਰ ਕਰੋ ਤਾਂ ਚੱਲਦੇ ਆਂ ਦੋਸਤੋ ਪੂਰੀ ਜਾਣਕਾਰੀ ਲਈ ਇਸ ਮੈਸੇਜ ਦੀ ਤਰਫ ਹਾਂਜੀ ਦੋਸਤੋ ਮਤੀ 5 2 2021 ਨੂੰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਸਤਿਆ ਮਾਈਕਰੋ ਕੈਪੀਟਲ ਲਿਮਟਿਡ ਜਾਨਕੀ ਇੱਕ ਕੰਪਨੀ ਆ ਸਤਿਆ ਮਾਈਕਰੋ ਕੈਪੀਟਲ ਲਿਮਟਿਡ ਵੱਲੋਂ ਕੀ ਇੱਕ ਰਿਲੇਸ਼ਨਸ਼ਿਪ ਅਫਸਰ ਦੀ ਜਿਹੜੀ ਵੈਕੈਂਸੀ ਹੈ ਜੀ ਠੀਕ ਆ ਤੇ ਭਰਤੀ ਲਈ ਪਲੇਸਮੈਂਟ ਕੈਂਪ ਲੈ ਰਿਹਾ ਜਾਨਕੀ ਇਹ ਕੰਪਨੀ ਵੱਲੋਂ ਰਿਲੇਸ਼ਨਸ ਅਫਸਰ ਰੱਖਣ ਨੇ ਇਸ ਲਈ ਕੀ ਕੈਂਪ ਲਗਾਇਆ ਜਾ ਰਿਹਾ ਰੋਜ਼ਗਾਰ ਮੇਲਾ ਕਹਿ ਸਕਦੇ ਆ ਠੀਕ ਹੈ ਦੋਸਤੋ ਤੇ ਇਸ প্লেਸਮੈਂਟ ਕੈਂਪ ਵਿੱਚ ਕੀ ਹੈ ਜੋ ਵੀ ਜਨਨ ਕਿ ਕੈਂਡੀਡੇਟ ਹੋਣਗੇ ਉਹਨਾਂ ਦੀ ਘੱਟੋ-ਘੱਟ ਜਿਹੜੀ ਪੜ੍ਹਾਈ ਹੈ 12ਵੀਂ ਪਾਸ ਹੋਣੀ ਚਾਹੀਦੀ ਹੈ ਜੀ ਤਾਂ 12ਵੀਂ ਪਾਸ ਹੋਣ ਕੀਤੀ ਹੋਣੀ ਚਾਹੀਦੀ ਹੈ ਇਸ ਚੀਜ਼ ਦਾ ਧਿਆਨ ਰੱਖਣਾ ਤੇ ਉਸ ਤੋਂ ਬਾਅਦ ਜੋ ਚ ਏ ਸੀਮਾ ਕੀ ਤੁਹਾਡੀ 20 ਤੋਂ ਲੈ ਕੇ 26 ਸਾਲ ਵਿੱਚ ਹੋਣੀ ਚਾਹੀਦੀ ਹੈ ਜਨਨ ਕਿ 20 ਤੋਂ ਘੱਟ ਨਾ ਹੋਵੇ 26 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤਾਂ ਉਸ ਤੋਂ ਬਾਅਦ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਸਰੀਰਕ ਤੌਰ ਤੇ ਤੁਸੀਂ ਜੋ ਫਿਟ ਹੋਣੇ ਚਾਹੁੰਦੇ ਹੋ ਠੀਕ ਹੈ ਜੀ ਤਾਂ ਕੋਈ ਵੀ ਡਿਸੇਬਿਲਟੀ ਕੈਂਡੀਡੇਟ ਹੋਣਾ ਚਾਹੀਦਾ ਹੈ ਸਿਰ ਤੇ ਉਤੇ ਜੋ ਫਿੱਟਾ ਉਹੀ ਜਾ ਸਕਦਾ ਤਾਂ ਇਸ ਦੇ ਲਈ ਜੋ ਵੀ ਇੰਟਰਸਟਿਡ ਕੈਂਡੀਡੇਟ ਨੇ ਤਾਂ ਆਪਣੀ ਜਿਹੜੀ ਸਰਟੀਫਿਕੇਟ ਦੀਆਂ ਫੋਟੋਕਾਪੀਆਂ ਤੇ ਰੈਜ਼ੂਮ ਲੈ ਕੇ ਜ਼ਿਲ੍ਹਾ ਰੋਜ਼ਗਾਰ ਜੋ ਦਫ਼ਤਰ ਹੈ ਜੀ ਰੋਜ਼ਗਾਰ ਦਫ਼ਤਰ ਮਾਨਸਾ ਜੋ ਕਚਹਿਰੀਆਂ ਦੇ ਕੀ ਉੱਪਰ ਹੈਗਾ ਬਿਲਡਿੰਗ 'ਚ ਉੱਥੇ ਤੁਸੀਂ ਜਾ ਕੇ ਆਪਣੀ ਜਿਹੜੀ ਇੰਟਰਵਿਊ ਹੈਗੇ ਉੱਥੇ ਜਾ ਕੇ ਦੇ ਸਕਦੇ ਹੋ ਜੀ ਤੇ ਜੋ ਟਾਈਮ ਹੈ ਕਿ ਹੈਗਾ ਸੋ 10:30 ਵਜੇ ਆ ਪਹੁੰਚ ਜਾਵੇ ਸਾਡੇ ਦਾ ਬਈ ਜੀ ਪਹੁੰਚ ਸਕਦੇ ਹੋ ਤੇ ਇਸ ਦੇ ਵਿੱਚ ਜਿਹੜੀ ਤੁਹਾਨੂੰ ਤਨਖਾਹ ਮਿਲਣੀ ਹੈ 14000 ਦੇ ਕਰੇ ਮਿਲਣੀ ਹੈ ਜੋ ਇੰਟਰਵਿਊ ਦਾ ਸਮਾਂ ਹੈਗਾ 10:30 ਤੋਂ ਲੈ ਕੇ 2 ਵਜੇ ਤੱਕ ਰੱਖਿਆ ਗਿਆ ਜੀ ਤੇ ਜੇਕਰ ਤੁਸੀਂ ਕੋਈ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਠੀਕਾ ਸੰਪਰਕ ਕਰ ਸਕਦੇ ਹੋ ਠੀਕ ਹੈ ਤੁਸੀਂ ਨੰਬਰ ਨੋਟ ਕਰ ਲਓ 8488092701 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਜੇ ਯਾਰ ਕੀ ਵਧੇਰੇ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ ਤੇ ਨੀਚੇ ਕਮੈਂਟ ਸੈਕਸ਼ਨ ਹੀ ਪੁੱਛ ਸਕਦੇ ਹੋ ਤੁਹਾਡਾ ਰੂਲ ਅਪਲਾਈ ਕਰਾਂਗੇ ਤਾਂ ਬਤਵਾ ਦੇ ਦੋਸਤੋ ਵੀਡੀਓ ਸ਼ੇਅਰ ਕਰੋ ਤਾਂ ਕਿ ਜੋ ਕਰਦੇ ਇੰਟਰਵਿਊ ਦੇ ਵਿੱਚ ਜਾਨੀ ਕਿ ਜਣਾ ਚਾਹੁੰਦੇ ਨੇ ਉਹਨਾਂ ਤੱਕ ਮੈਸੇਜ ਰੂਲ ਪਹੁੰਚ ਜੇ ਤਾਂ ਇਹੋ ਤੁਹਾਨੂੰ ਵੀਡੀਓ ਪਸੰਦ ਆਏਗੀ ਵੀ ਲਾਈਕ ਐਂਡ ਸ਼ੇਅਰ ਬਤਵਾ ਦਾ ਕਰ ਦਿਓ ਫਸਟ ਟਾਈਮ ਚੈਨਲ ਤੇ ਪਲੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀ ਜਾਣਕਾਰੀ ਪੋਸਟਾਂ ਤੇ ਢਲੀ ਜਾਣਕਾਰੀ ਮਿਲ ਸਕੇ ਤਾਂ ਥੈਂਕ ਯੂ ਦੋਸਤੋ ਤੁਹਾਡੇ ਜੀ ਨੂੰ ਲਿੰਕ ਧੰਨਵਾਦ ਜੈ ਹਿੰਦ